फाइनली 11 ਦੇ ਯਾਰ ਇਕੱਠੇ ਹੁੰਦੇ ਨੇ ਇਹਨੂੰ ਟੀਮ ਬੀਜੇਪੀ ਕਹਿ ਜਾਂਦਾ ਤਾਂ ਵੀਰੇ ਪ੍ਰਭ ਦੀ ਫਾਈਨਲੀ ਫਿਲਮਾਂ ਦੇ ਵਿੱਚ ਐਂਟਰੀ ਹੋ ਗਈ ਆ ਕਿਵੇਂ ਦਾ ਲੱਗ ਰਿਹਾ ਮੇਰੇ ਵੱਲੋਂ ਬਾਬਾ ਪ੍ਰਭ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਕੰਮ ਕੀਤਾ ਪ੍ਰਭ ਨੇ ਐਂਡ ਬਹੁਤ ਚੰਗਾ ਲੱਗਿਆ ਇਹਨੂੰ ਦੇਖ ਕੇ ਬਿਗ ਸਕਰੀਨ ਤੇ ਜੀ ਕਿੰਨਾ ਕਾ ਵੇਟ ਸੀ ਕਿੰਨਾ ਜ਼ੋਰ ਪਾਉਂਦੇ ਸੀ ਕਿ ਪ੍ਰਭ ਅਸੀਂ ਇਹਨੂੰ ਵੱਡੇ ਸਿਨੇਮਾ ਉੱਪਰ ਦੇਖਣਾ ਹੈ ਚਾਹੇ ਥੋੜੀ ਦੇਰੀ ਹੋ ਗਈ ਪਰ ਵਧੀਆ ਐਂਟਰੀ ਹੋਈ ਨਹੀਂ ਬਹੁਤ ਟਾਈਮ ਤੋਂ ਅਸੀਂ ਕਹਿੰਦੇ ਆਉਂਦੇ ਸੀ ਕਿ ਫਿਲਮ ਕਰ ਲੈ ਬਟ ਇਹ ਕਹਿੰਦਾ ਸੀ ਮੈਂ ਉਦੋਂ ਹੀ ਕਰੂੰਗਾ ਜਦੋਂ ਮੈਨੂੰ ਲੱਗੂਗਾ ਕਿ ਮੈਂ ਕਰਨਾ ਚਾਹੀਦਾ ਸੋ ਫਾਈਨਲੀ ਉਹਨੇ ਫਿਲਮ ਕੀਤੀ ਹੈ ਬਹੁਤ ਸੋਹਣੀ ਫਿਲਮ ਕੀਤੀ ਹੈ ਪ੍ਰਭ ਨੇ ਬੇਸਿਕਲੀ ਬਹੁਤ ਛਾਏ ਆ ਸੋ ਪ੍ਰਭ ਨੂੰ ਅੱਜ ਪਰਦੇ ਉੱਪਰ ਦੇ ਕੇ ਵੱਡੇ ਪਰਦੇ ਉੱਪਰ ਡੈਬਿਊ ਫਿਲਮ ਆ ਕਿਵੇਂ ਦਾ ਲੱਗ ਰਿਹਾ ਕਿਦਾਂ ਦਾ ਕੰਮ ਕੀਤਾ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਸਪੈਸ਼ਲੀ ਉਹਦੇ ਨੇਚਰ ਤੋਂ ਬਿਲਕੁਲ ਉਲਟ ਜਿਹੜਾ ਕੈਰੈਕਟਰ ਕੀਤਾ ਉਹਨੇ ਆਪਣੇ ਨੇਚਰ ਤੋਂ ਬਿਲਕੁਲ ਉਲਟ ਕੀਤਾ ਸੋ ਬਹੁਤ ਟੀਮ ਬੀਜੇਪੀ ਵੱਲੋਂ ਪ੍ਰਭ ਕੇ ਲਾ ਗਏ ਨੇ ਕਹਿੰਦੇ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪ੍ਰਭ ਚਾਹੇ ਦੇਰ ਨਾ ਸਾਡੀ ਗੱਲ ਮੰਨ ਲਈ ਪਰ ਬਹੁਤ ਖੁਸ਼ੀ ਹੋ ਰਹੀ ਹੈ ਵੱਡੇ ਪਰਦੇ ਦੇਖ ਕੇ ਥੈਂਕ ਯੂ ਸੋ ਮਚ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਟੀਮ ਬੀਜੇਪੀ ਵੱਲੋਂ ਪ੍ਰਭ ਨੇ ਫਿਲਮਾਂ ਚ ਐਂਟਰੀ ਮਾਰ ਕੇ ਕਮਾਲ ਕਰਤਾ ਥੈਂਕ ਯੂ ਭਾਈ ਥੈਂਕ ਯੂ ਸੋ ਮਚ ਤੇ ਭਾਉ ਸ਼ਾਹ ਬਿਲਕੁਲ ਬਿਲਕੁਲ ਭਾਈ ਜੀ ਭਾਉ ਖੜਾ ABP ਸੌਂਚਾ ਜੋਸ਼ ਜਜ਼ਬਾ ਜਨੂਨ